ਰਹਿ ਗਏ ਨੇ, ਸਰਕਾਰ ਆਪਣੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਇਹਨਾਂ ਨੂੰ ਉਤਾਰ ਰਹੀ ਹੈ। ਸੋ ਤੁਸੀਂ ਵੇਖ ਰਹੇ ਇਹ ਗਨ ਮੈਟਲ ਦੇ ਬਣੇ ਹੋਏ ਆ, ਔਰ ਹੁਣ ਥੋੜ੍ਹੀ ਜਾਣਕਾਰੀ ਮਿਲੀ ਆ, ਇਹ ਕਹਿੰਦੇ ਆ ਕਿ ਤਕਰੀਬਨ ਜੈਪੁਰ ਤੋਂ ਇਹ ਬਣਵਾ ਕੇ ਲਿਆਏ ਸੀ, ਇਹ ਇਹੀ ਜਾਣਕਾਰੀ ਮਿਲੀ ਆ। ਅਤੇ ਤਕਰੀਬਨ ਇਹ ਜਿਹੜਾ ਇੱਕ ਵੀ ਹੈਗਾ ਇਹ ਜਿਹੜਾ ਗਨ ਮੈਟਲ ਤੋਂ ਬਣਿਆ ਆ, 3-4 ਕੁਇੰਟਲ ਤੋਂ ਉੱਪਰ ਇੱਕ ਦਾ ਵਜ਼ਨ ਹੈਗਾ ਆ, ਇਸ ਤੋਂ ਉੱਪਰ ਆ ਵਜ਼ਨ, 3 ਕੁਇੰਟਲ ਤੋਂ ਵੀ ਉੱਪਰ ਇੱਕ ਬੁੱਧਾ ਕਹਿੰਦੇ ਆ ਕਿ ਵਜ਼ਨ ਆ। ਬਾਕੀ ਇਸਨੂੰ ਤੋਲ ਕੇ ਨਹੀਂ ਵੇਖਿਆ, ਔਰ ਤੁਹਾਡੇ ਨਾਲ ਸਾਂਝਾ ਹੀ ਕਰ ਰਹੇ ਹਾਂ ਜੀ। ਕੀ ਸਮਝੇ, ਠੀਕ ਹੋ ਗਿਆ? ਬਿਲਕੁਲ ਜੀ, ਵਧੀਆ, ਇਹ ਬਹੁਤ ਵਧੀਆ ਹੋਇਆ ਜੀ। ਇੱਥੇ ਮਹਾਰਾਜਾ ਜਿਹੜੇ ਮਤਲਬ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਨੇ, ਜਾਂ ਜਿਨ੍ਹਾਂ ਦੇ ਮੰਨ ਲਓ ਬਈ ਇਹਨਾਂ ਯੋਗਦਾਨ ਹੈ, ਉਹਨਾਂ ਦਾ ਲਾਉਣੇ ਚਾਹੀਦੇ ਨੇ, ਨਾ ਕਿ ਇਹ ਮੂਰਤੀਆਂ ਲੱਗਣੀਆਂ ਚਾਹੀਦੀਆਂ। ਬਿਲਕੁਲ ਬਿਲਕੁਲ, ਤੁਸੀਂ ਕੀ ਕਹੋਗੇ ਵੀਰ ਜੀ? ਬਹੁਤ ਵਧੀਆ ਜੀ, ਲਾ ਦੇਣੇ ਚਾਹੀਦੇ। ਬਿਲਕੁਲ, ਬਹੁਤ ਇਹ ਪਹਿਲਾਂ ਹੋ ਜਾਣਾ ਚਾਹੀਦਾ ਸੀ, ਅੱਜ ਤੋਂ ਕਈ ਸਾਲ ਪਹਿਲਾਂ ਤੁਹਾਡਾ ਜਦੋਂ 2016 ਲੱਗੇ ਆ ਉਦੋਂ ਹੀ ਇਹ ਲੱਗਣ ਦੇਣੇ ਨਹੀਂ ਚਾਹੀਦੇ। ਐਡੀ ਪ੍ਰਾਥਮਿਕ ਜਗ੍ਹਾ, ਐਡੀ ਵਧੀਆ ਇਤਿਹਾਸਕਾਰ ਜਗ੍ਹਾ, ਐਡੀ ਸਾਡੀ ਗੁਰੂਆਂ ਸਾਹਿਬਾਂ ਦੀ ਧਰਤੀ, ਇਹ ਪਵਿੱਤਰ ਧਰਤੀ, ਇਹਨਾਂ ਦੀ ਚੀਜ਼ ਦੀ ਜ਼ਰੂਰਤ ਹੀ ਨਹੀਂ ਸਾਨੂੰ, ਜਿਹੜੀ ਸਾਡੀ ਸੱਭਿਆਚਾਰਕ ਚੀਜ਼ ਹੈ ਨਾ ਜੀ, ਇੱਕ ਤਾਂ ਹੋਰ ਥਾਂ 'ਤੇ ਲੈ ਜਾਂਦੇ ਇਹਨਾਂ ਨੂੰ, ਇਹ ਸਾਡੀ ਚੀਜ਼ ਨਹੀਂ ਜੀ। ਬਿਲਕੁਲ, ਇਹ ਤਾਂ ਸਿੱਖਾਂ ਨੂੰ ਬੋਝਦਲ ਬਣਾਉਣ ਵਾਲੇ ਨੇ ਬੰਦੇ, ਬਣਾ ਦਿੱਤਾ ਸਿੱਖਾਂ ਨੂੰ ਬੋਝਦਲ, ਬਣਾ ਦਿੱਤਾ ਇਹਨਾਂ ਲੋਕਾਂ, ਬਣੀ ਗਏ ਤਕਰੀਬਨ। ਅੱਛਾ, ਪੇਵਾ ਇੱਥੇ ਹੀ ਹੈ। ਅੱਛਾ, ਇਹ ਵੇਖਣਾ ਸੀ ਵੀ ਇੱਥੇ ਬੁੱਤ ਹੈਗੇ ਜਾਂ? ਹਾਂਜੀ ਹਾਂਜੀ ਹਾਂਜੀ। ਚਲੋ, ਬਹੁਤ ਵਧੀਆ, ਬਹੁਤ ਵਧੀਆ। ਹਾਂਜੀ, ਜੋ ਹੋ ਗਿਆ ਮਹਾਰਾਜ ਨੇ ਬਹੁਤ ਵਧੀਆ, ਗੁਰੂ ਰਾਮਦਾਸ ਨੇ ਕੀਤਾ, ਇਹ ਮੂਰਤੀਆਂ ਦਾ ਸਫਾਇਆ ਹੋ ਗਿਆ। ਅੱਛਾ, ਜੋ ਕੈਪਟਨ ਸਾਹਿਬ ਦਾ ਧੰਨਵਾਦ ਆ, ਉਹਨਾਂ ਵੀ ਚਲੋ ਜੋ ਵਚਨ ਕੀਤਾ ਸੀ ਆਪਣਾ ਨਿਭਾ ਤਾ, ਅਤੇ ਚੰਗਾ ਲੱਗਦਾ, ਲੱਗਦੀਆਂ ਵਧੀਆ ਹੋ ਗਿਆ, ਬਹੁਤ ਵਧੀਆ ਲੱਗਦਾ ਹੁਣ ਤਾਂ। ਚਲੋ, ਬਹੁਤ ਸਿੱਖ ਸੰਗਤਾਂ ਦਾ, ਸਭ ਦਾ ਬਹੁਤ ਬਹੁਤ ਧੰਨਵਾਦ, ਸਿੱਖ ਸੰਗਤਾਂ ਦਾ ਧੰਨਵਾਦ ਕਰਦੇ ਜੀ। ਹਾਂਜੀ ਹਾਂਜੀ, ਬਹੁਤ ਵਧੀਆ, ਉਦੋਂ ਗੁਰੂ ਰਾਮਦਾਸ ਦਾ ਜਿਹਨੇ ਆਪ ਕਿਰਪਾ ਕਰਕੇ ਆਪ ਇਹ ਕੰਮ ਜਿਹੜਾ ਨੇਪਰੇ ਜਾ ਰਿਹਾ। ਹਾਂਜੀ ਵੀਰ ਜੀ, ਬੋਤਾ ਵੇਖੋ ਸਾਰੇ ਤਾਰਨ ਰਹੇ ਆ, ਕਿਸ ਤਰ੍ਹਾਂ ਲੱਗਦਾ ਹੁਣ? ਬਹੁਤ ਵਧੀਆ ਲੱਗਦਾ ਪਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਗੁਰੂ ਘਰ ਦੇ ਰਾਹ ਸੀ ਜਿਹੜਾ ਬਹੁਤ ਮਾੜੇ ਮਸੰਦਾਂ ਦੇ ਬੁੱਤ ਲੱਗ ਗਏ ਸੀ, ਮੱਸਰੰਗੜ ਦੀਆਂ ਨਿਸ਼ਾਨੀਆਂ ਚੁੱਕੀਆਂ ਗਈਆਂ, ਅੱਜ ਬਹੁਤ ਸਾਨੂੰ ਖੁਸ਼ੀ ਹੋਈ ਆ, ਗੁਰੂ ਰਾਮਦਾਸ ਪਵਿੱਤਰ ਧਰਤੀ ਸਥਾਨ ਜਿਹੜਾ ਇਹ ਰਸਤਾ ਸਾਫ ਕੀਤਾ ਗਿਆ ਹੈ। ਅੱਜ ਸਾਨੂੰ ਇਹ ਜਗ੍ਹਾ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਅਸੀਂ ਗੁਰੂ ਘਰ ਦਰਸ਼ਨ ਕਰਨ ਆਉਂਦੇ ਹਾਂ, ਇਸ ਚੀਜ਼ਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ ਕਿ ਆਪਾਂ ਗੁਰੂ ਘਰ ਦੀ ਮਰਿਆਦਾ ਕਾਇਮ ਕੀਤੀ ਜਾਵੇ। ਅਸੀਂ ਇਹ ਖੇਮਾ ਚਾਹੁੰਦੇ ਹਾਂ ਕਿ ਅੱਜ ਇਹ ਜਿਹੜੇ ਬੁੱਤ ਉਤਾਰ ਦਿੱਤੇ ਗਏ ਸਰਕਾਰ ਵੱਲੋਂ, ਬਹੁਤ ਵੱਡੀ ਸਾਡੀ ਖੁਸ਼ੀ ਜ਼ਾਹਰ ਕੀਤੀ ਗਈ ਅੱਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।